ਸਤਿ ਸ਼੍ਰੀ ਅਕਾਲ ਦੋਸਤੋ, ਜਦੋਂ ਦਾ ਕੇਂਦਰ ਸਰਕਾਰ ਨੇ ਕਿਹਾ ਹੈ ਕਿ 12ਵੀਂ ਦੇ ਪੇਪਰ ਲਏ ਜਾ ਸਕਦੇ ਹਨ ਅਤੇ 1 ਜੂਨ ਨੂੰ ਇਸ ਤੇ ਅੰਤਿਮ ਫੈਸਲਾ ਸੁਣਾਇਆ ਜਾਵੇਗਾ, ਉਸ ਤੋਂ ਬਾਅਦ ਹੀ ਮਾਪੇ, ਵਿਦਿਆਰਥੀ ਅਤੇ ਕੁਝ ਰਾਜ ਬੋਰਡਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਇਸੇ ਕੜੀ ਵਿੱਚ ਜੁੜਦਿਆਂ ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਲੰਬੇ ਹੱਥੀ ਲਿਆ ਹੈ ਅਤੇ ਸਰਕਾਰ ਅੱਗੇ 12ਵੀਂ ਦੀ ਪ੍ਰੀਖਿਆਵਾਂ ਦੇ ਲੈਣ ਸੰਬੰਧੀ ਕਈ ਸਵਾਲ ਖੜੇ ਕੀਤੇ ਹਨ। ਆਓ ਤੁਹਾਨੂੰ ਦੱਸਦੇ ਹਾਂ, ਦਿੱਲੀ ਦੇ ਸਿੱਖਿਆ ਮੰਤਰੀ ਨੇ ਕੇਂਦਰ ਦੀ ਸਰਕਾਰ ਨੂੰ ਕੀ ਸਵਾਲ ਕੀਤੇ ਹਨ ਜੋ ਕਿ 12ਵੀਂ ਦੇ ਵਿਦਿਆਰਥੀਆਂ ਲਈ ਬੇਹੱਦ ਅਹਿਮ ਹਨ। ਨੰਬਰ 1, ਸਭ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਇਹ ਇੱਕ ਮੂਰਖਤਾਪੂਰਨ ਫੈਸਲਾ ਹੋਵੇਗਾ ਜੇਕਰ ਅਸੀਂ ਖਤਰੇ ਨੂੰ ਜਾਣਦੇ ਹੋਏ ਵੀ ਇਹ ਕਦਮ ਚੁੱਕਿਆ। ਵਿਗਿਆਨੀ ਅਤੇ ਡਾਕਟਰ ਤੀਜੀ ਲਹਿਰ ਦੀ ਗੱਲ ਕਰ ਰਹੇ ਹਨ ਅਤੇ 12ਵੀਂ ਦੀ ਪ੍ਰੀਖਿਆ ਅਸੀਂ ਇਸੇ ਤੀਜੀ ਲਹਿਰ ਦੇ ਆਉਣ ਦੇ ਖਤਰੇ ਨੂੰ ਜਾਣਦੇ ਹੋਏ ਵੀ ਲੈ ਰਹੇ ਹਾਂ, ਜਦਕਿ ਤੀਜੀ ਲਹਿਰ ਦਾ ਖਤਰਾ ਸਿੱਧਾ ਬੱਚਿਆਂ ਨਾਲ ਜੁੜਿਆ ਦੱਸਿਆ ਜਾ ਰਿਹਾ। ਨੰਬਰ 2, ਮਨੀਸ਼ ਸਿਸੋਦੀਆ ਨੇ ਇਹ ਵੀ ਕਿਹਾ ਹੈ ਕਿ ਪੇਪਰ ਚਾਹੇ 3 ਘੰਟੇ ਦਾ ਜਾਂ ਫਿਰ 1.5 ਘੰਟੇ ਦਾ ਕਿਉਂ ਨਾ ਲਿਆ ਜਾਵੇ, ਪਰ ਕੋਰੋਨਾ ਸੰਕਰਮਿਤ ਹੋਣ ਦਾ ਖਤਰਾ ਉਨਾ ਹੀ ਹੈ। ਪੂਰੇ ਭਾਰਤ ਵਿੱਚ ਕੁੱਲ 12ਵੀਂ ਦੇ 1,40,00,000 ਵਿਦਿਆਰਥੀ ਹਨ ਜੋ ਪੇਪਰ ਦੇਣ ਲਈ ਆਉਣਗੇ। ਸਾਨੂੰ ਯਕੀਨੀ ਬਣਾਉਣਾ ਪਵੇਗਾ ਕਿ ਜਦੋਂ ਇੰਨੀ ਵੱਡੀ ਤਾਦਾਦ ਵਿੱਚ ਬੱਚੇ ਪੇਪਰ ਦੇਣ ਲਈ ਇਕੱਠੇ ਹੋਣ ਤਾਂ ਕਿਤੇ ਇਹ ਮਹਾਮਾਰੀ ਕੋਈ ਹੋਰ ਵੱਡਾ ਭਿਆਨਕ ਰੂਪ ਨਾ ਧਾਰਨ ਕਰ ਲਵੇ, ਚਾਹੇ ਬੱਚਿਆਂ ਨੂੰ 1 ਦਿਨ ਲਈ ਵੀ ਸਕੂਲ ਕਿਉਂ ਨਾ ਬੁਲਾਇਆ ਜਾਵੇ। ਨੰਬਰ 3, ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਪੇਪਰਾਂ ਨੂੰ ਲੈਣਾ ਤੈਅ ਕਰ ਹੀ ਲਿਆ ਹੈ ਤਾਂ ਪਹਿਲਾਂ 12ਵੀਂ ਦੇ ਹਰੇਕ ਵਿਦਿਆਰਥੀ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇ, ਫਿਰ ਹੀ ਉਹਨਾਂ ਦੇ ਪੇਪਰ ਲਏ ਜਾਣ। ਨੰਬਰ 4, ਅੰਤ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਸਰਕਾਰ ਨੂੰ ਅਜੇ ਵੀ ਕਿਸੇ ਹੋਰ ਵਿਕਲਪ ਬਾਰੇ ਸੋਚਣਾ ਚਾਹੀਦਾ ਹੈ। 10ਵੀਂ ਦੇ ਅਤੇ ਹੋਰ ਕਲਾਸਾਂ ਦੇ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਨਾਲ ਪਾਸ ਕੀਤਾ ਗਿਆ ਹੈ, ਇਸੇ ਤਰ੍ਹਾਂ 12ਵੀਂ ਦੇ ਵਿਦਿਆਰਥੀਆਂ ਨੂੰ ਵੀ ਪਾਸ ਕਰਨ ਲਈ 2-4 ਸਾਲ ਪਿਛਲੇ ਪੇਪਰਾਂ ਦੇ ਆਧਾਰ ਤੇ ਅਸੈਸਮੈਂਟ ਕਰਕੇ ਪਾਸ ਕੀਤਾ ਜਾਵੇ। ਆਖਿਰ ਇਹ ਫੈਸਲਾ ਉਹਨਾਂ ਦੀ ਜਾਨ ਨਾਲ ਸਿੱਧਾ ਜੁੜਿਆ ਹੈ। ਦੋਸਤੋ, ਇਹ ਸੀ ਕਹਿਣਾ ਦਿੱਲੀ ਦੇ ਸਿੱਖਿਆ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ। ਤੁਹਾਡੀ ਦਿੱਲੀ ਦੇ ਸਿੱਖਿਆ ਮੰਤਰੀ ਦੇ ਇਹਨਾਂ ਸਵਾਲਾਂ ਬਾਰੇ ਕੀ ਰਾਏ ਹੈ? ਕੀ ਕੇਂਦਰ ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਜਾਂ ਨਹੀਂ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ। ਤਦ ਤੱਕ ਲਈ ਧੰਨਵਾਦ।